ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਹੈਪੀ ਖੈਰਾ ਫਰੋਮ ਖੈਰਾ ਬੁਟੀਕ ਕਲੈਕਸ਼ਨ ਤੋਂ ਤੁਹਾਡੇ ਵਾਸਤੇ ਅੱਜ ਅਸੀਂ ਕਾਫੀ ਦਿਨਾਂ ਬਾਅਦ ਵਧੀਆ ਵਧੀਆ ਹੋਰ ਸੂਟ ਲੈ ਕੇ ਆਏ ਹਾਂ। ਉਹਦੇ ਵਿੱਚ ਪ੍ਰਿੰਟਿਡ ਸਲਵਾਰਾਂ ਵਾਲੇ ਭੈਣਾਂ ਨੇ ਬਹੁਤ ਡਿਮਾਂਡ ਕੀਤੀ ਸੀ, ਬਰਬਰੀ ਪ੍ਰਿੰਟਸ ਦੇ ਵਿੱਚ, ਜਾਰਜਟ ਦੇ ਵਿੱਚ। ਅਤੇ ਆਪਾਂ ਸਟਾਰਟ ਕਰਦੇ ਹਾਂ। ਜਿਨ੍ਹਾਂ ਨੂੰ ਵੀ ਉਹ ਸੂਟ ਪਸੰਦ ਹੋਣ, ਜਿਨ੍ਹਾਂ ਦੇ ਡਿਮਾਂਡ 'ਤੇ ਅਸੀਂ ਵੀਡੀਓ ਬਣਾਉਣ ਲੱਗੇ ਹਾਂ, ਜਿਨ੍ਹਾਂ ਕੋਲ ਆਇਆ ਨਹੀਂ ਜਾਂਦਾ, ਅਤੇ ਪਲੀਜ਼ ਤੁਸੀਂ ਸਕਰੀਨਸ਼ੋਟ ਸੈਂਡ ਕਰ ਦਿਓ। ਜਿੱਦਾਂ ਕਿ ਹੁਣ ਸੀਜ਼ਨ ਸਟਾਰਟ ਆ, ਅਸੀਂ ਬਹੁਤ ਸੋਹਣੇ ਸੋਹਣੇ ਸੂਟ ਕਲੈਕਸ਼ਨ ਲੈ ਕੇ ਆਏ ਹਾਂ। ਸਾਰੇ ਸੂਟਸ ਦੀ ਵੀਡੀਓ ਨਹੀਂ ਵੀ ਬਣਦੀ ਕਈ ਵਾਰ, ਅਤੇ ਭੈਣਾਂ ਵੱਧ ਤੋਂ ਵੱਧ ਸਾਡੀ ਸ਼ੋਪ 'ਤੇ ਵਿਜ਼ਿਟ ਕਰੋ। ਪੀਚ ਇਹ ਜੂਟ ਦੇ ਵਿੱਚ ਹੈ, ਪਲੇਨ ਸਟੱਫ, ਇਹਦਾ ਨੈਕ ਬਣਿਆ ਹੈ ਅਤੇ ਬਾਹਾਂ 'ਤੇ ਕੰਮ ਆ, ਛੋਟੀ ਛੋਟੀ ਬੂਟੀ ਆ, ਇਹਦੇ ਨਾਲ ਪ੍ਰਿੰਟਿਡ ਸਲਵਾਰ ਆ, ਜਿਹਨੂੰ ਕਿ ਬਰਬਰੀ ਪ੍ਰਿੰਟਸ ਵੀ ਕਹਿ ਰਹੇ ਅੱਜ ਕੱਲ੍ਹ, ਹੈ ਨਾ, ਆਪਾਂ ਜੂਟ ਵੀ ਕਹਿੰਦੇ ਹਾਂ। ਦੋ ਨੇਮਸ ਨੇ ਇਹਦੇ, ਬਰਬਰੀ ਪ੍ਰਿੰਟਸ ਅਤੇ ਜੂਟ। ਇਹਦੇ ਨਾਲ ਬੈਂਬਰ ਸ਼ਿਫੋਨ ਦਾ ਦੁਪੱਟਾ ਹੈ, ਫੋਰ ਸਾਈਡ ਕੰਮ ਹੋਇਆ ਅਤੇ ਵਿੱਚ ਬੂਟੀ ਆ। ਬਹੁਤ ਹੀ ਪਿਆਰਾ ਸੋਬਰ ਜਿਹਾ ਕਲਰ ਆ, ਬੜਾ ਯੂਨੀਕ ਜਿਹਾ ਪ੍ਰਿੰਟ ਆ, ਮਿੱਠਾ ਜਿਹਾ ਰੰਗ ਆ। ਐਨੀ ਏਜ ਗਰੁੱਪ ਵਾਸਤੇ ਤੁਸੀਂ ਇਹ ਔਡਰ ਕਰ ਸਕਦੇ ਹੋ। ਪਿੰਕ ਕਲਰ ਦੇ ਵਿੱਚ ਦੋ ਪੈਨਲਸ ਬਣੇ ਆ, ਗਲਾ ਬਣਿਆ, ਨੈਕਲਾਈਨ ਬਹੁਤ ਸੋਹਣੀ ਬਣੀ ਆ, ਵਿੱਚ ਬੂਟਾ ਸੈੱਟ ਕੀਤਾ ਹੈ, ਅਤੇ ਇਹਦੀ ਬਾਜੂ 'ਤੇ ਵੀ ਇਸ ਤਰ੍ਹਾਂ ਲਾਈਨ ਬਣ ਕੇ ਅਤੇ ਬੂਟਾ ਬਣਿਆ ਹੈ। ਇਹਦੇ ਨਾਲ ਅੰਬੀ ਦਾ ਪ੍ਰਿੰਟ ਆ, ਇਹ ਜੂਟ ਦਾ ਸਟੱਫ ਆ, ਅਤੇ ਇਹਦੇ ਨਾਲ ਮੈਂਬਰ ਸ਼ਿਫੋਨ ਦਾ ਦੁਪੱਟਾ ਹੈ, ਫੋਰ ਸਾਈਡ ਇਹਦੇ 'ਤੇ ਕੰਮ ਹੋਇਆ ਹੈ, ਅਤੇ ਛੋਟੀ ਛੋਟੀ ਬੂਟੀ ਆ ਇਹਦੇ ਵਿੱਚ। ਬਹੁਤ ਹੀ ਸੋਹਣਾ ਪ੍ਰਿੰਟ ਆ। ਨਿਊਨ, ਤੁਸੀਂ ਮੇਰੀ ਵੀਡੀਓ ਦੇਖੀ ਹੋਣੀ ਆ, ਮੈਂ ਵੀ ਜੂਟ ਦੇ ਪ੍ਰਿੰਟ 'ਚ ਪ੍ਰਿੰਟਡ ਸਲਵਾਰ ਦੇ ਨਾਲ ਇਹੀ ਸੇਮ ਕਲਰ ਪਾਇਆ ਹੈ, ਬੜਾ ਪਿਆਰਾ ਸੂਟ ਹੈ। ਇਹਦੇ ਸੂਟ ਦੀ ਮਤਲਬ ਸਟੱਫ ਦੀ ਫਿਟਿੰਗ ਬਹੁਤ ਜ਼ਿਆਦਾ ਔਸਮ ਆਉਂਦੀ ਆ, ਵੀ ਇਹ ਨਹੀਂ ਕਹਿ ਸਕਦੇ ਹੈਵੀ ਆ, ਬਿਲਕੁਲ ਲਾਈਟ ਵੇਟ ਸਟੱਫ ਆ, ਬਹੁਤ ਸੋਹਣੀ ਫਿਟਿੰਗ ਆਉਂਦੀ ਇਹਦੀ। ਅਤੇ ਪੈਨਲਸ ਆ, ਵਿੱਚ ਬੂਟੇ ਆ, ਅਤੇ ਬਾਜੂ 'ਤੇ ਵੀ ਕੰਮ ਆ। ਪ੍ਰਿੰਟ ਦੇਖੋ ਕਿ ਇਹਦਾ ਪ੍ਰਿੰਟ ਕਿੰਨਾ ਸੋਹਣਾ ਹੈ, ਸਟਿਚਿੰਗ ਦੇ ਵਿੱਚ ਇਹਨੂੰ ਹੋਰ ਜ਼ਿਆਦਾ ਸੋਹਣਾ ਸਜਾ ਕੇ ਆਪਾਂ ਫੇਸਿੰਗ ਵਗੈਰਾ ਦੁਪੱਟੇ 'ਤੇ ਕਰਕੇ ਹੋਰ ਜ਼ਿਆਦਾ ਸੋਹਣਾ ਸੂਟ ਲੱਗਦਾ, ਲੁੱਕ ਬਹੁਤ ਸੋਹਣੀ ਆਉਂਦੀ ਆ ਆਫਟਰ ਸਟਿਚਿੰਗ। ਬੈਂਬਰ ਸ਼ਿਫੋਨ ਦਾ ਦੁਪੱਟਾ, ਫੋਰ ਸਾਈਡ ਕੰਮ ਹੋਇਆ ਹੈ, ਇਹਦੇ ਵਿੱਚ ਨਾ ਥੋੜ੍ਹੀ ਪਾਰਟੀ ਵੇਅਰ ਲੁੱਕ ਦਿੱਤੀ ਆ, ਥੋੜ੍ਹਾ ਥੋੜ੍ਹਾ ਤਿੱਲਾ ਮਿਕਸ ਕੀਤਾ ਹੈ, ਬਿਲਕੁਲ ਚੁੱਭਣ ਵਾਲਾ ਕੋਈ ਵੀ ਕੰਮ ਨਹੀਂ ਹੈ ਇਹਦੇ ਵਿੱਚ। ਬਲੂ ਜਿਹਾ ਸਟਾਫ ਕਲਰ, ਬੜਾ ਪਿਆਰਾ ਯੂਨੀਕ ਜਿਹਾ ਸਟੱਫ ਆ, ਅਤੇ ਯੂਨੀਕ ਜਿਹਾ ਹੀ ਕਲਰ ਆ, ਅਤੇ ਯੂਨੀਕ ਜਿਹਾ ਹੀ ਇਹਦੇ 'ਤੇ ਕੰਮ ਹੋਇਆ ਹੈ। ਪ੍ਰਿੰਟਿਡ ਇੱਦਾਂ ਹੈ ਬਾਟਮ, ਇਹਦਾ ਪ੍ਰਿੰਟ ਦੇਖੋ ਕਿੰਨਾ ਸੋਹਣਾ, ਇਹਦਾ ਪ੍ਰਿੰਟ ਆ ਬਾਟਮ ਦਾ, ਅਤੇ ਦੁਪੱਟੇ ਜਿਹੜੇ ਆ ਇਹਦੇ ਨਾਲ ਮੈਂਬਰ ਸ਼ਿਫੋਨ ਦੇ, ਫੋਰ ਸਾਈਡ ਕੰਮ ਹੋਊਗਾ ਸਾਰਿਆਂ 'ਤੇ, ਅਤੇ ਵਿੱਚ ਜਿਹੜੀ ਬੂਟੀ ਉਹਦੇ 'ਚ ਹੋਏਗੀ ਉਹੀ ਬੂਟੀ ਚੁੰਨੀ 'ਤੇ ਹੋਏਗੀ। ਬੜਾ ਪਿਆਰਾ ਕਲਰ ਆ, ਪੂਰਾ ਜਾਲ ਬਣਿਆ ਹੈ, ਇਹ ਵੀ ਜੂਟ ਦੇ ਸਟੱਫ ਨੇ। ਨੈਕ ਦੇਖੋ ਕਿੰਨਾ ਸੋਹਣਾ, ਪੂਰਾ ਪਾਰਟੀਵੇਅਰ ਲੁੱਕ ਦਿੱਤੀ ਹੋਈ ਹੈ ਇਹਨੂੰ, ਅਤੇ ਇਹਦੇ ਬਾਹਾਂ 'ਤੇ ਕੰਮ ਤਾਂ ਹੈ ਹੀ ਆ, ਅਤੇ ਸਲਵਾਰ ਦਾ ਪ੍ਰਿੰਟ ਵੀ ਚੈੱਕ ਕਰੋ ਕਿੰਨਾ ਸੋਹਣਾ, ਇਹਦੇ ਨਾਲ ਫਲਾਵਰੀ ਜਿਹਾ ਪ੍ਰਿੰਟ ਆ, ਫਲੋਰਲ, ਬਹੁਤ ਸੋਹਣਾ ਸੂਟ ਆ, ਅਤੇ ਚੁੰਨੀ ਵੀ ਬਹੁਤ ਪਿਆਰੀ ਆ, ਫੋਰ ਸਾਈਡ ਇਹਦੀ ਚੁੰਨੀ, ਚੁੰਨੀ ਦੇ ਫੋਰ ਸਾਈਡ ਕੰਮ ਹੋਇਆ, ਅਤੇ ਕੋਰਨਰ ਬਣਿਆ, ਇਹਦੇ ਵਿੱਚ ਬੂਟੀ ਨਹੀਂ ਆ, ਚਾਰ ਕੋਰਨਰ ਆ। ਗ੍ਰੇ ਕਲਰ, ਇਹਨੂੰ ਵੀ ਨੈਕ ਸ਼ੇਪ ਦਿੱਤੀ ਹੈ ਇਹਦੇ 'ਤੇ, ਬਹੁਤ ਸੋਹਣਾ ਸੂਟ ਆ। ਬੂਟਾ ਦੇਖੋ, ਇੱਕ ਕੋਰਨਰ 'ਤੇ ਇੱਕ ਹਿੱਪ ਲੱਗ ਗਿਆ ਹੈਗਾ, ਛੋਟੀ ਛੋਟੀ ਬੂਟੀ ਵੀ ਆ, ਬਾਹਾਂ 'ਤੇ ਵੀ ਕੰਮ ਆ, ਅਤੇ ਬਾਟਮ ਦਾ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਹੈ, ਕਿੰਨਾ ਸੋਹਣਾ, ਕਿੰਨੀ ਸੋਹਣੀ ਮੈਚਿੰਗ ਆ,
ਤੇ ਦੁਪੱਟਾ ਵੀ ਬਹੁਤ ਪਿਆਰਾ। ਇਹਦੇ ਵਿੱਚ ਵੱਡੇ ਵੱਡੇ ਬੂਟੇ ਦਿੱਤੇ ਆ ਦੁਪੱਟੇ ਤੇ, ਫੋਰ ਸਾਈਡ ਇਹਦੇ 'ਚ ਕੰਮ ਦਿੱਤਾ ਚੁੰਨੀ 'ਚ। ਬਹੁਤ ਹੀ ਯੂਨੀਕ ਜਿਹਾ ਕਲਰ, ਬਰਾਊਨ ਮਾਊਸ ਕਹਿ ਦਿਓ, ਬਹੁਤ ਸੋਹਣਾ ਨੈਕ ਲਾਈਨ, ਕਲੀਆਂ, ਛੋਟੀ ਛੋਟੀ ਬੂਟੀ ਤੇ ਸੈਂਟਰ ਪੈਨਲ ਦੇ ਵਿੱਚ ਵੱਡਾ ਬੂਟਾ ਵੀ ਹੈ ਇੱਕ, ਤੇ ਘੇਰਾ ਵੀ ਬਣਿਆ ਇਹਦਾ। ਇਹਦੇ ਨਾਲ ਇਹ ਆਲ ਓਵਰ ਸੂਟ ਹੈ, ਇਹ ਜੂਟ ਦਾ ਆਲ ਓਵਰ ਸੂਟ ਆ ਤੇ ਇਹਦੇ ਨਾਲ ਟਾਈ ਐਂਡ ਡਾਈ ਦੁਪੱਟਾ ਹੈ। ਦੁਪੱਟੇ ਤੇ ਲੇਸ ਵਗੈਰਾ ਤੁਸੀਂ ਆਪ ਲਵਾ ਸਕਦੇ ਹੋ, ਡਾਈ ਬਹੁਤ ਜ਼ਿਆਦਾ ਸੋਹਣੀ ਹੈ। ਇਹ ਪਲੇਨ ਸਟੱਫ ਆ ਆਲ ਓਵਰ ਸੂਟ, ਇਹ ਵੀ ਪਲੇਨ ਮੈਚਿੰਗ ਹੈ, ਪਲੇਨ ਹੀ ਆ, ਸਲਵਾਰ ਦੀ ਅਲੱਗ ਆ। ਕਲੀਆਂ ਬਣੀਆਂ ਹੈ, ਨੈਕ ਲਾਈਨ, ਬੂਟੀ, ਕਲਰ ਬੜਾ ਪਿਆਰਾ ਹੈ, ਸੀ ਗ੍ਰੀਨ ਜਿਹਾ ਕਲਰ ਆ। ਪਲੇਨ ਬੋਟਮ ਆ, ਬੋਟਮ ਤੇ ਇੱਕ ਲਾਈਨ ਦਿੱਤੀ ਵਰਕ ਦੀ। ਸ਼ੇਡਿਡ ਸਟੱਫ ਆ, ਲਾਈਟ ਡਾਰਕ ਆ। ਅਪਰ ਸਾਈਡ ਥੋੜ੍ਹੀ ਲਾਈਟ ਆ ਸ਼ਰਟ ਦੀ, ਅਤੇ ਲੋਅਰ ਸਾਈਡ ਜਿਹੜੀ ਡਾਰਕ ਆ। ਚੁੰਨੀ 'ਚ ਵੀ ਇੱਦਾਂ ਸ਼ੇਡਿਡ ਆ, ਲਾਈਟ ਡਾਰਕ ਦਾ ਕੋਂਬੋ ਆ, ਬਹੁਤ ਸੋਹਣਾ ਸੂਟ ਆ। ਇਹ ਵੀ ਜੂਟ ਦਾ ਸਟੱਫ ਆ, ਪੈਨਲਸ ਬਣੇ ਆ, ਛੋਟੀ ਛੋਟੀ ਬੂਟੀ ਆ, ਅਤੇ ਵਿੱਚ ਬੂਟਾ ਦੇਖੋ ਕਿੰਨਾ ਸੋਹਣਾ ਸੈੱਟ ਕੀਤਾ ਹੈ, ਬਾਹਾਂ ਹੈ। ਇਹਦੇ ਨਾਲ ਪ੍ਰਿੰਟਡ ਸਲਵਾਰ ਆ, ਸਲਵਾਰ ਦਾ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ। ਪ੍ਰਿੰਟ ਹੀ ਇਹਨਾਂ ਦੇ ਜ਼ਿਆਦਾ ਸੋਹਣੇ ਨੇ, ਕੋਨਸੈਪਟ ਨੂੰ ਅਲੱਗ ਬਣਾਉਂਦੇ ਨੇ। ਬਹੁਤ ਸੋਹਣੀਆਂ ਪ੍ਰਿੰਟਡ ਸਲਵਾਰਾਂ ਨੇ, ਅਤੇ ਬੈਂਬਰ ਸ਼ਿਫੋਨ ਦਾ ਦੁਪੱਟਾ ਹੈ, ਫੋਰ ਸਾਈਡ ਅਤੇ ਵਿੱਚ ਕੋਰਨਰ ਬਣੇ ਆ। ਬੜਾ ਮਿੱਠਾ ਜਿਹਾ ਰੰਗ, ਜਿੱਦਾਂ ਆਪਣੇ ਹੈ ਨਾ ਮੰਮੀਆਂ ਵਗੈਰਾ ਵਾਸਤੇ ਬਹੁਤ ਸੋਹਣਾ। ਵੈਸੇ ਵੀ ਕੁੜੀਆਂ ਵੀ ਪੇਸਟਲ ਸ਼ੇਡਸ ਬਹੁਤ ਲਾਈਕ ਕਰਦੀਆਂ ਅੱਜ ਕੱਲ੍ਹ, ਅਤੇ ਪੈਨਲਸ ਬਣੇ ਆ, ਫਰੰਟ ਬਹੁਤ ਸੋਹਣਾ ਬਣਿਆ ਹੈ। ਇਹ ਆਲ ਓਵਰ ਸੂਟ ਆ, ਬਾਹਾਂ 'ਤੇ ਕੰਮ ਆਏਗਾ, ਫੋਰ ਸਾਈਡ ਦੁਪੱਟੇ 'ਤੇ ਕਟਵਰਕ ਆਣਗੇ, ਅਤੇ ਵਿੱਚ ਨਿੱਕੀ ਨਿੱਕੀ ਬੂਟੀ ਆਏਗੀ। ਬੜਾ ਮਿੱਠਾ ਜਿਹਾ ਲਾਈਟ ਜਿਹਾ ਜ਼ੀਰੋ ਪਿਸਤਾ ਕਲਰ ਆ, ਪੀਚ ਕਲਰ, ਪੈਨਲਸ ਆਉਣਗੇ, ਵਿੱਚ ਬੂਟਾ ਸੈੱਟ ਕੀਤਾ ਹੈ, ਕੋਰਨਰ ਬਣਿਆ ਹੈ, ਬਾਹਾਂ 'ਤੇ ਕੰਮ ਆ, ਜੂਟ ਦਾ ਸਟੱਫ ਆ, ਔਸਮ ਸਟੱਫ, ਔਸਮ ਫਿਟਿੰਗ ਆਉਂਦੀ ਹੈ ਇਹਦੀ, ਅਤੇ ਮੈਂਬਰਸ਼ਿਪ ਆਉਂਦਾ ਇਹਦੇ ਨਾਲ ਦੁਪੱਟਾ। ਆਹ ਦੁਪੱਟੇ ਇੰਨੇ ਸਰਦਾਰੀ ਲੱਗਦੇ, ਇਹਨਾਂ ਦੇ ਬਾਹਰ ਵੀ ਖੁੱਲ੍ਹੇ ਹੁੰਦੇ ਆ, ਬਿਲਕੁਲ ਡਿੱਗੂ ਡਿੱਗੂ ਜੇ ਨਹੀਂ ਕਰਦੇ ਹੈਗੇ। ਇਹਨਾਂ ਨੂੰ ਤੁਸੀਂ ਲੇਸ ਵਗੈਰਾ ਲਗਾ ਕੇ ਹੋਰ ਜ਼ਿਆਦਾ ਸੋਹਣੇ ਬਣਾ ਸਕਦੇ। ਲਵੈਂਡਰ ਸ਼ੇਡ, ਸ਼ੇਡਿਡ, ਲਾਈਟ ਡਾਰਕ, ਦੇਖੋ ਲਾਈਟ ਡਾਰਕ ਦਾ ਕੋਂਬੋ ਆ, ਬਹੁਤ ਸੋਹਣਾ ਸੂਟ ਆ। ਲਾਈਟ ਜਿਹਾ ਜਿੱਦਾਂ ਹਲਕਾ ਜਿਹਾ ਕੰਮ ਮੰਗਦੀਆਂ ਕੁੜੀਆਂ, ਉਸ ਤਰ੍ਹਾਂ ਦਾ ਵਰਕ ਆ। ਸਲਵਾਰ ਅਸੀਂ ਡਾਰਕ ਸ਼ੇਡ 'ਚ ਰੱਖੀ ਆ, ਉਹਦੇ 'ਤੇ ਵੀ ਥੋੜ੍ਹਾ ਜਿਹਾ ਆਰੀ ਦਾ ਕੰਮ ਦਿੱਤਾ ਹੈ। ਇਸ ਤਰ੍ਹਾਂ ਹੀ ਦੁਪੱਟੇ ਸ਼ੇਡਿਡ ਦੁਪੱਟੇ ਨੇ, ਖੁੱਲ੍ਹੇ ਬਾਹਰ ਨੇ ਦੁਪੱਟਿਆਂ ਦੇ, ਜਿੱਦਾਂ ਮੈਂ ਤੁਹਾਨੂੰ ਦੱਸਿਆ ਇਹਨਾਂ 'ਤੇ ਤੁਸੀਂ ਲੇਸਿੰਗ ਵਗੈਰਾ ਕਰਾ ਕੇ ਹੋਰ ਜ਼ਿਆਦਾ ਸੋਹਣੇ ਬਣਾ ਸਕਦੇ। ਸੀ ਗ੍ਰੀਨ ਘੇਰਾ ਦੇਖੋ ਕਿੰਨਾ ਸੋਹਣਾ ਬਣਿਆ, ਪੈਨਲਸ ਬਣੇ ਆ, ਕਲਰ ਵੀ ਬੜਾ ਪਿਆਰਾ ਜਿਹਾ ਹੈ, ਗ੍ਰੀਨ ਹੀ ਆ ਜਿਹਾ ਰੰਗ। ਪ੍ਰਿੰਟ ਸਲਵਾਰ ਦਾ ਦੇਖੋ ਕਿੰਨਾ ਸੋਹਣਾ ਹੈ, ਬਹੁਤ ਹੀ ਪਿਆਰੇ ਪ੍ਰਿੰਟਸ ਨੇ, ਅਤੇ ਚੁੰਨੀਆਂ ਵੀ ਫੋਰ ਸਾਈਡ ਆ। ਵੇਲ ਵਗੈਰਾ ਸਾਰਿਆਂ ਦੀ ਚੁੰਨੀਆਂ ਦੀ ਡਿਫਰੈਂਟ ਡਿਫਰੈਂਟ ਅਲੱਗ ਅਲੱਗ ਆ, ਵੱਡੇ ਬਾਰ 'ਚ ਚੁੰਨੀਆਂ ਹੈ, ਪੂਰਾ ਖੁੱਲ੍ਹੇ ਬਾਰ ਨੇ, ਸੋਹਣੇ ਸੂਟ ਨੇ। ਪਿੰਕ ਪੈਨਲਸ ਬਣੇ, ਛੋਟੀ ਛੋਟੀ ਬੂਟੀ, ਜੂਟੀ ਇਹ ਸਟੱਫ ਆ, ਘੇਰਾ ਵੀ ਬਹੁਤ ਪਿਆਰਾ ਬਣਿਆ ਹੈ। ਪ੍ਰਿੰਟਡ ਸਲਵਾਰ ਆ, ਫਲਾਵਰ ਵਾਲਾ ਪ੍ਰਿੰਟ ਆ ਸਲਵਾਰ 'ਤੇ, ਦੇਖੋ ਕਿੰਨਾ ਸੋਹਣਾ ਪ੍ਰਿੰਟ ਆ। ਇਹ ਅਲੱਗ ਹੀ ਚੀਜ਼ ਪਾਈ ਲੱਗਦੀ ਆ, ਬਹੁਤ ਸੋਹਣਾ ਅਲੱਗ ਕੋਨਸੈਪਟ, ਅਤੇ
ਚੁੰਨੀ ਐਜ਼ ਯੂਜੂਅਲ, ਬਹੁਤ ਸੋਹਣੀ ਚੁੰਨੀ। ਰਸਟ ਸ਼ੇਡ, ਇਹ ਵੀ ਸ਼ੇਡਿਡ ਲਾਈਟ ਡਾਰਕ। ਨੈਕ ਲਾਈਨ ਦੇਖੋ ਕਿੰਨਾ ਸੋਹਣਾ, ਇੱਥੇ ਗਲਾ ਇਸ ਤਰ੍ਹਾਂ ਗਲਾ ਆ ਜਾਏਗਾ ਅਤੇ ਘੇਰਾ ਨੀਚੇ ਆ ਜਾਏਗਾ। ਬਾਹਾਂ ਡਾਰਕ, ਇਹਦੀ ਸਲਵਾਰ ਆ, ਇਹਦੇ ਨਾਲ ਥੋੜ੍ਹੀ ਚਮਕੀਲੀ ਸ਼ੇਡਿਡ ਜਿੱਦਾਂ ਜਰੀ ਲੱਗੀ ਆ ਪੀਚ ਜੇ ਕਲਰ ਦੀ, ਅਤੇ ਸ਼ੇਡਿਡ ਹੀ ਇਹਦੇ ਨਾਲ ਦੁਪੱਟਾ ਹੈ। ਫੋਰ ਸਾਈਡ ਜਰੀ ਦੇ ਨਾਲ ਕੰਮ ਹੋਇਆ ਹੈ, ਬਹੁਤ ਸੋਹਣਾ। ਇਹ ਬਿਲਕੁਲ ਵੀ ਚੁੱਭਣ ਵਾਲੀ ਜਰੀ ਨਹੀਂ ਆ ਕਿ ਜਿੱਦਾਂ ਤਿੱਲਾ ਹੁੰਦਾ ਹੈ, ਬਹੁਤ ਹੀ ਪਿਆਰਾ ਜਿਹਾ ਸੂਟ ਆ। ਅਤੇ ਇਸ ਤਰ੍ਹਾਂ ਸੋਹਣੇ ਸੋਹਣੇ ਸੂਟ ਦੇਖਣ ਵਾਸਤੇ ਜਲਦੀ ਜਲਦੀ ਸਾਡੇ ਸ਼ੋਪ 'ਤੇ ਵਿਜ਼ਿਟ ਕਰੋ। ਅਤੇ ਜਿਸ ਤਰ੍ਹਾਂ ਕਿ ਮੈਂ ਹੁਣ ਜਿਹੜਾ ਸੂਟ ਪਾਇਆ ਹੈ ਮੈਂ ਤੁਹਾਨੂੰ ਉਹ ਵੀ ਦਿਖਾਉਂਦੀ ਹਾਂ। ਇਹ ਸਾਡੇ ਕੋਲ ਬੜਾ ਸੋਹਣਾ ਨਵਾਂ ਔਰਗੈਂਜ਼ਾ ਬੇਸ ਆਇਆ, ਇਹਦੇ ਵਿੱਚ ਬੇਸ ਦੇ ਵਿੱਚ ਸੈਲਫ ਲਾਈਨਸ ਆ, ਇਹਦੇ ਵਿੱਚ ਕਾਫੀ ਕਲਰ ਸਾਡੇ ਕੋਲ ਹੈਗੇ ਨੇ। ਤੁਸੀਂ ਆਪਣੇ ਮਰਜ਼ੀ ਦਾ ਜਿਹੜਾ ਮਰਜ਼ੀ ਕਲਰ ਲੈ ਕੇ ਉਹਦੇ 'ਤੇ ਵਰਕ ਕਰਾ ਸਕਦੇ ਹੋ। ਇਹਦੇ 'ਤੇ ਸਾਰਾ ਨੋਟ ਅਤੇ ਸਪਰਿੰਗ ਦਾ ਕੰਮ ਹੋਇਆ ਹੈ, ਠੀਕ ਹੈ। ਮੈਂ ਬਾਹਾਂ 'ਤੇ ਛੋਟੀ ਛੋਟੀ ਬੂਟੀ ਦਿੱਤੀ ਆ ਕਿਉਂਕਿ ਕਈ ਬਹੁਤ ਜ਼ਿਆਦਾ ਭਾਰਾ ਕੰਮ ਨਹੀਂ ਪਸੰਦ ਕਰਦੇ, ਉਹਦੇ ਵਾਸਤੇ ਅਸੀਂ ਇੱਦਾਂ ਦਾ ਕੋਨਸੈਪਟ ਲੈ ਕੇ ਆਏ ਹਾਂ। ਸਲਵਾਰ 'ਤੇ ਛੋਟੀ ਛੋਟੀ ਬੂਟੀ, ਉਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਸਲਵਾਰ 'ਤੇ ਕੰਮ ਕਰਾਉਣਾ ਕਿ ਨਹੀਂ ਕਰਾਉਣਾ। ਜੇ ਤੁਸੀਂ ਬਾਜੂ ਨੂੰ ਹੈਵੀ ਕਰਾਉਣਾ ਚਾਹੁੰਦੇ ਹੋ ਉਹ ਵੀ ਹੈਵੀ ਹੋ ਜਾਣਗੇ। ਸਿੰਗਲ ਦੁਪੱਟਾ ਲੈਣਾ ਚਾਹੁੰਦੇ ਹੋ ਉਹ ਵੀ ਬਣ ਜਾਏਗਾ। ਇਹਨੂੰ ਮੈਂ ਮੈਰੂਨ ਕਲਰ ਨਾਲ ਹਾਈਲਾਈਟ ਕੀਤਾ ਹੈ, ਇਹਦੀ ਮੈਂ ਫੇਸਿੰਗ ਵੀ ਮੈਰੂਨ ਦਿੱਤੀ ਆ। ਜੇ ਤੁਸੀਂ ਇਹਦੇ ਨਾਲ ਮੈਰੂਨ ਦੁਪੱਟਾ ਲੈਂਦੇ ਉਹ ਵੀ ਜ਼ਿਆਦਾ ਸੋਹਣਾ ਲੱਗਣਾ ਸੀ, ਪਰ ਮੈਂ ਪ੍ਰੈਫਰ ਆਲਵੇਜ਼ ਟਾਈ ਐਂਡ ਡਾਈ ਨੂੰ ਕਰਦੀ ਹਾਂ ਅਤੇ ਮੈਨੂੰ ਇਹ ਪਸੰਦ ਆ। ਪਰ ਜਿਨ੍ਹਾਂ ਦੇ ਸਿੰਗਲ ਦੁਪੱਟੇ ਲੈਣੇ ਆ ਤੁਸੀਂ ਉਹ ਵੀ ਲੈ ਸਕਦੇ ਹੋ, ਬਹੁਤ ਹੀ ਜ਼ਿਆਦਾ ਸੋਹਣਾ ਸੂਟ ਆ। ਅਤੇ ਜਲਦੀ ਜਲਦੀ ਵਿਜ਼ਿਟ ਕਰੋ, ਬਹੁਤ ਸੋਹਣੀ ਸੋਹਣੀ ਕਲੈਕਸ਼ਨ ਸਾਡੇ ਕੋਲ ਆਈ ਹੋਈ ਆ। ਪਲੇਨ ਦੇ ਵਿੱਚ ਇੰਨੇ ਜ਼ਿਆਦਾ ਸੋਹਣੇ ਸੂਟ ਆਏ ਆ, ਸਟੱਫ ਦੇਖੋ ਕਿੰਨੇ ਸੋਹਣੇ ਸੋਹਣੇ, ਔਰਗੈਂਜ਼ਾ ਲਾਈਨਿੰਗ,